ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਵੇਖਦੇ ਪਏ ਹੋ ਸ਼ਹੀਨ ਐਨੀਮਲ ਟੀਵੀ ਤੇ ਮੈਂ ਤੁਹਾਡੇ ਮੇਜ਼ਬਾਨ ਸ਼ਵਾਕ ਆਮਨ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰਨਾ ਪ੍ਰੈਸ ਤਾਂ ਕਿ ਮੇਰਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਬਾਅਦ ਸਾਨੀ ਪਹੁੰਚੇ ਨੰਬਰ ਆਪਣਾ ਹੁੰਦਾ 0345 4750043 ਇਸੇ ਨੰਬਰ ਤੇ WhatsApp ਹੈ ਇਸੇ ਤੇ ਮੋਏ ਜਨਾਬ ਅੱਜ ਮਾਸ਼ਾਅੱਲਾ ਬੜੀ ਖੂਬਸੂਰਤ ਤੇ ਬੜੀ ਲਾਜਵਾਬ ਮੇਰੇ ਖੱਬੇ ਬਣੇ ਕੈਮਰਾਮੈਨ ਸਰ ਜੋਟੀ ਖੜੀ ਹੈ ਤਸਲੀਆਂ ਕਰਾ ਦਿਓ ਲੈਣੇ ਦੇਣੇ ਮੁਕੱਦਰ ਇਹਨਾਂ ਸੌਦਾ ਨਾਲ ਨਸੀਬ ਦੇ ਬੜੀਆਂ ਗੱਲਾਂ ਤੇ ਬੜੀਆਂ ਬਾਤਾਂ ਹੁੰਦੀਆਂ ਨੇ ਮਾਸ਼ਾਅੱਲਾ ਬਾਕੀ ਜੋ ਸਾਬਕ ਤਾਬ ਮੇਰੀ ਕੈਮਰੇ ਦੀ ਨਜ਼ਰ ਹੈ ਮਾਸ਼ਾਅੱਲਾ ਫੁੱਟ ਫੁੱਟ ਜਿਨੂੰ ਆਉਂਦੇ ਨੇ ਜਨਾਬ ਫੁੱਟ ਫੁੱਟ ਕੱਢੀ ਖੜੀ ਹੈ ਤੇ ਮਰਲੇ ਮਰਲੇ ਦੀ ਵੰਡੇ ਜਨਾਬ ਬਾਕੀ ਜੋ ਇਸ ਹਸਾਬ ਕਿਤਾਬ ਹੈ ਉਹ ਮੇਰੇ ਕੈਮਰੇ ਦੀ ਨਿਗਾਹ ਹੈ ਜਨਾਬ ਅੱਲਾ ਦੀ ਮਿਹਰਬਾਨੀ ਨਾਲ ਸ਼ਹੀਨ ਐਨੀਮਲ ਟੀਵੀ ਤੇ ਖਰੇ ਤੇ ਸਾਫ ਸੁਥਰੇ ਜਾਨਵਰ ਮਿਲਦੇ ਨੇ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਮੇਰਾ ਕੈਮਰਾਮੈਨ ਅੱਲਾ ਦੀ ਮਿਹਰਬਾਨੀ ਨਾਲ ਤਸਲੀਆਂ ਕਰਾ ਰਿਹਾ ਹੈ ਬਾਕੀ ਜਨਾਬ ਚਰਨ ਵਾਲੀ ਫਿਰਨ ਵਾਲੀ ਚੋਟੀ ਹੈ ਮਾਸ਼ਾਅੱਲਾ ਦਰਿਆ ਦੀ ਬਾਕੀ ਜ਼ੁਬਾਨੀ ਗੱਲਾਂ ਆਉਣਗੀਆਂ ਮਾਲਕ ਨਾਲ ਅੱਲਾ ਦੀ ਮਿਹਰਬਾਨੀ ਨਾਲ ਜਿੰਨੂੰ ਗਿੱਠ-ਗਿੱਠ ਦਿਆਂ ਵਿਰਲਾਂ ਦੇ ਨੇ ਇਹ ਗਿੱਠ-ਗਿੱਠ ਦੀਆਂ ਵਿਰਲਾਂ ਤੇ ਮਰਲੇ-ਮਰਲੇ ਦੀ ਵੰਡ ਹੈ ਜਨਾਬ ਅੱਲਾ ਦੀ ਮਿਹਰਬਾਨੀ ਨਾਲ ਮੁੱਛ ਬੱਗੀ ਜਮਾ ਮੁੱਛ ਬੱਗੀ ਬਰੀਕ ਪਤਲੀ धागे ਰੰਗੀ ਪੋਸ਼ਲ ਜਿਹਨੂੰ धागे ਰੰਗੇ ਆਂਦੇ ਨੇ ਮਾਸ਼ਾਲਾ ਚਰਦੀ ਫਿਰਦੀ ਸ਼ਿਕਾਰ ਬੜੀ ਲਾਜਵਾਬ ਤੋਹਫ਼ਾ ਇਹ ਹੈਗਾ ਜੀ ਜਨਾਬ ਤੇ ਬੜੀ ਖੂਬਸੂਰਤ ਤੇ ਬੜੀ ਲਾਜਵਾਬ ਮੋਲ ਮੁੱਛ ਬੱਗੀ ਜਨਾਬ ਮੱਥਾ ਬੱਲਾ ਸੋਫਾ ਚਿੱਟੀਆਂ ਅੱਖਾਂ ਜਨਾਬ ਮਣ ਮਣ ਦੀ ਅੱਖ ਜਿੰਨੂੰ ਆਂਦੇ ਨੇ ਮਾਸ਼ਾਅੱਲਾ ਅਹੀਂ ਥੋੜੀ ਜੀ ਨਾ ਇਹਨੂੰ ਟੋਰੋ ਟੁਰਦੀ ਫਿਰਦੀ ਚੈੱਕ ਕਰਾਓ ਤਾਂ ਕਿ ਕੋਈ ਕੰਡਿਸ਼ਨ ਲੈ ਦੇ ਪੈਰ 'ਚ ਨਾ ਹੋਵੇ ਜਨਾਬ ਅੱਲਾ ਦੀ ਮਿਹਰਬਾਨੀ ਨਾਲ ਸ਼ਿੰਗ ਗਈ ਨੇ ਜਿਵੇਂ ਕੋਕੇ ਲੱਗੇ ਹੁੰਦੇ ਨੇ ਬਾਕੀ ਚਰਨ ਦੇ ਚਰਨ ਦੇ ਛੱਡ ਦੇ ਕੋਈ ਮਸਲਾ ਨਹੀਂ ਬਾਕੀ ਜਨਾਬ ਮਾਲਕ ਨਾਲ ਗੱਲਾਂ ਹੋਣਗੀਆਂ ਜ਼ੁਬਾਨੀ ਇਹਦਾ ਕੀ ਹਿਸਾਬ ਹੈ ਕੀ ਕਿਤਾਬ ਹੈ ਅੱਲਾ ਦੀ ਮਿਹਰਬਾਨੀ ਨਾਲ ਮਾਸ਼ਾਅੱਲਾ ਕੱਦ ਚੰਗਾ ਹੈ ਲਾਮ ਚੰਗੀ ਹੈ ਬਾਕੀ ਜੋ ਹਿਸਾਬ ਕਿਤਾਬ ਹੈ वो मेरी कैमरे की नज़र अल्लाह की मेहरबानी ना लाम बड़ी जोटी दी माशाल्लाह पुट्ठे जनाब गरीब के विड़े रंगे अलाबानी नाल मरले मरले दी वाण जनाब मुठ बर थान माशाला लई फिर दी है मुछ बग्गी सफ़ेद चिटियाँ अखा जनाब बाकी जो हिसाब किताब है वो मेरा कैमरा मैन तसलियाँ करा रहा है चढ़ी फिर दरिया की ਲੈਣੇ ਦੇਣੇ ਮੁਕੱਦਰ ਜਨਾਬ ਸੌਦਾ ਨਾਲ ਨਸੀਬ ਦੇ ਮਾਸ਼ਾਅੱਲਾ ਜਿੰਨੂੰ ਫਟ ਫਟ ਆਂਦੇ ਨੇ ਇਹ ਜਨਾਬ ਫਟ ਫਟ ਕੱਢੀ ਖੜੀ ਹੈ ਮਾਸ਼ਾਅੱਲਾ ਬਾਕੀ ਜੋ ਹਸਾਬ ਕਿਤਾਬ ਹੈ ਮਾਸ਼ਾਅੱਲਾ ਸੂਦਾ ਡੋਡਾ ਮਾਲਕ ਕਹਿੰਦਾ ਚੁੱਕਦੇ ਸੀ ਅੱਲਾ ਦੀ ਮਿਹਰਬਾਨੀ ਨਾਲ ਮਾਸ਼ਾਅੱਲਾ ਲੈਣੇ ਦੇਣੇ ਮੁਕੱਦਰ ਜਨਾਬ ਸੌਦਾ ਨਾਲ ਨਸੀਬ ਦੇ ਮਾਸ਼ਾਅੱਲਾ ਫਟ ਫਟ ਕੱਢੀ ਖੜੀ ਹੈ ਜਨਾਬ ਬਾਕੀ ਮਾਲਕ ਦੀ ਜ਼ੁਬਾਨੀ ਉਸਨ ਗੱਲਾਂ ਤੇ ਆਜੋ ਭਾਈ ਜੀ ਇੱਧਰ ਆਜੋ ਇਹ ਰਿਹਾ ਭਾਈ ਸਲਾਮ ਅਲੈਕਮ ਜੀ ਜੀ ਵਾਅਲੈਕਮ ਸਲਾਮ ਲਓ ਭਾਈ ਜੀ ਇਧਰ ਆਓ ਕਿ ਥੋੜਾ ਜਿਹਾ ਨੇੜੇ ਆਜੋ ਤਾਂ ਕਿ ਜਿਹੜਾ ਨਾ ਇਹ ਆਪਣੇ ਕੋ ਮੈਕ ਕੋਣੀ ਦੇ ਚਰਦੀ ਫਿਰਦੀ ਦੀ ਜਿਹੜਾ ਨਾ ਥੋੜੀ ਜੀ ਆਵਾਜ਼ ਆਵੇ ਦੀ ਅੱਛਾ ਜੋਟੀ ਭਾਈ ਜੀ ਤੁਹਾਡੀ ਸੁਣਨ ਆ ਰਹੀ ਹੈ ਜਾਂ ਸੋਈ ਹੋਈ ਹੈ ਬਿਲਕੁਲ ਜੀ ਦੋ ਤਿੰਨ ਦਿਨਾਂ ਬਾਅਦ ਤਿਆਰ ਹੈਗੀ ਹੈ ਜੀ ਦੋ ਤਿੰਨ ਦਿਨਾਂ ਬਾਅਦ ਤਿਆਰ ਹੈ ਹਾਂ ਜੀ ਠੀਕ ਹੋ ਗਿਆ ਤੇ ਬਾਕੀ ਇਹ ਗੱਲ ਦੱਸ ਵੀ ਇਹ ਤੇਰੀ ਘਰ ਦੀ ਹੈ ਬਿਲਕੁਲ ਘਰ ਦੀ ਹੈ ਜੀ ਘਰ ਦੀ ਹੈ ਮੱਜਾ ਅਸੀਂ ਆਪ ਪਾਲਨੇ ਸ਼ੌਕ ਨਾਲ ਜੀ ਠੀਕ ਹੋ ਗਿਆ ਇਹ ਨੀਲੀ ਦੇ ਬਟਨ ਵੀ ਕੈਮਰਾਮੈਨ ਵਿਖਾ ਦਿਓ ਨੀਲੀ ਦੇ ਬਟਨ ਜਨਾਬ ਦੋ ਲੱਗੇ ਹੋਏ ਨੇ ਅੱਲਾਹ ਦੀ ਮਿਹਰਬਾਨੀ ਨਾਲ ਇਹ ਖੜੇ ਨੇ ਜਨਾਬ ਜਿਵੇਂ ਬਟਨ ਨਹੀਂ ਜਿਵੇਂ ਸਟਾਰਟ ਨੇ ਜਨਾਬ ਅੱਲਾਹ ਦੀ ਮਿਹਰਬਾਨੀ ਨਾਲ ਤੇ ਅੱਛਾ ਇਹ ਜੋਟੀ ਹੈ ਤੇਰੀ ਘਰ ਦੀ ਜੀ ਜੀ ਤੇ ਇਹ ਕਿੰਨੇ ਕੁ ਦਿਨ ਲੈ ਜਾ ਸੀ ਸੁਮਣ ਚੋ ਇਹ ਬਾਈ ਜੀ ਵੱਧ ਤੋਂ ਵੱਧ 2-3 ਦਿਨ 2-3 ਦਿਨ ਵੱਧ ਤੋਂ ਵੱਧ ਹਾਂਜੀ ਠੀਕ ਹੋ ਗਿਆ 2-3 ਦਿਨ ਲਵੇ ਦੀ ਤੇ ਇਹ ਪਵੇ ਦੀ ਸੂ ਅੱਲਾਹ ਦੀ ਮਿਹਰਬਾਨੀ ਨਾਲ ਹਾਂਜੀ ਹਾਂਜੀ ਤੇ ਹੁਣ ਤੂੰ ਮੈਨੂੰ ਇਹ ਗੱਲ ਦੱਸ ਕਿ ਇਹਦੀ ਮਾਂ ਦਾ ਰਿਕਾਰਡ ਰਿਪੋਰਟ ਚੰਗਾ ਸੀ ਭਾਈ ਜੀ ਇਹਦੀ ਕਿਹੜੀ ਮਾਂ ਸੀ ਨਾ ਹਾਂਜੀ ਉਹ 10 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਸੀ ਫਾਲ ਨੂੰ ਛੱਡ ਤੇ ਫਾਲ ਨੂੰ ਛੱਡ ਤੇ ਹਾਂਜੀ ਹਾਂਜੀ ਮਾਸ਼ਾਅੱਲਾ ਇਹਦੀ ਪੂਸ਼ਲ ਬੜੀ ਬਰੀਕ ਹੈ بڑے ਜਾਨਵਰ ਵੇਖੇ ਨੇ ਇਹਦੀ ਪੂਸ਼ਲ ਭਾਈ ਜੀ ਬੜੀ ਬਰੀਕ ਹੈ ਇਹ ਹੈ ਨੀਲੀ ਦੀ ਬਿਲਕੁਲ ਜੀ ਪੂਰ ਨਹੀਂ ਨੀਲੀ ਦੀ ਨਿਸ਼ਾਨੀਆਂ ਕੀ ਹੁੰਦੀਆਂ ਨੇ ਭਾਈ ਜੀ ਨੀਲੀ ਨਿਸ਼ਾਨੀਆਂ ਮੁੱਛ ਬੱਗੀ ਜੀ ਜੀ ਉਸਲ ਧਾਗੇ ਵਰਗਾ ਠੀਕ ਹੋ ਗਿਆ ਨੀ ਕੋੜੀ ਕੋਣੀ ਦੁਨੀ ਕੋੜੀ ਕੋਣੀ ਠੀਕ ਹੋ ਗਿਆ ਅੱਖ ਸਫੈਦ ਠੀਕ ਹੋ ਗਿਆ ਪੁੱਟਾ ਛੁੱਟਾ ਸੋਨਾ ਸੋਨਾ ਲਾਮ ਚੰਗੀ ਹੈ ਕੱਦ ਚੰਗਾ ਹੈ ਠੀਕ ਹੋ ਗਿਆ ਭਾਈ ਜੀ ਠੀਕ ਹੋ ਗਿਆ ਠੀਕ ਹੋ ਗਿਆ ਤੇ ਇਹਦਾ ਨਾ ਇਹ ਤਕਰੀਬਨ ਸਮ ਨੂੰ ਕਿੰਨੇ ਕੁ ਦਿਨ ਲਵੇ ਦੀ ਤਕਰੀਬਨ 3-4 ਦਿਨ ਜੀ 3-4 ਦਿਨ ਹਾਂਜੀ ਠੀਕ ਹੋ ਗਿਆ ਤੇ ਆਪਣਾ ਬਾਕੀ ਆਪਾਂ ਕਿਹੜੇ ਬਰਾਸ ਸੱਜਣ ਨੂੰ ਦੇਈਏ ਥਣ ਵਗਦੇ ਦੇ ਦੇ ਸਾਂ ਆਪਾਂ ਬਿਲਕੁਲ ਜੀ ਪਾਸ ਕਰਕੇ ਕੁਝ ਆਪਣੇ ਨਾਲ ਬਿਆਨਾ ਕਰ ਲਵੇ ਤੇ ਸੂਈ ਲਿਆ ਜਾਵੇ ਜੀ ਗਰੰਟੀ ਆਫ ਠੀਕ ਹੋ ਗਿਆ ਠੀਕ ਹੋ ਗਿਆ ਤੇ ਬਾਕੀ ਮੂੰਹ ਚ ਪੂਰੀ ਹੈ ਹਾਂਜੀ ਦੰਦ-ਦੰਦ ਪੂਰੇ ਨੇ ਪੂਰੇ ਜੀ ਠੀਕ ਹੋ ਗਿਆ ਤੇ ਇਹਦਾ ਹੁਣ ਨਾ ਪਿਆਰ ਤੇ ਮੁਹਬਤ ਵਾਲਾ ਰੇਟ ਦੱਸ ਪਿਆਰ ਤੇ ਮੁਹਬਤ ਵਾਲਾ ਦੱਸਣੇ ਪੰਡਾ ਨਹੀਂ ਬਣਣੀਆਂ ਨਹੀਂ ਕਿ ਆਪਾਂ ਜਿਹੜਾ ਹੈ ਨਾ ਵੀਰ ਮੇਰਾ ਪੰਡਾ ਬਣਣੀਆਂ ਨੇ ਵੀ ਆਪਾਂ ਮੰਗਣ ਨੂੰ ਧਾਰ ਬੰਦਾ ਮੰਗ ਲੈਂਦਾ ਹੈ ਹਾਂਜੀ ਲੇਕਿਨ ਆਪਾਂ 2.5 ਲੱਖ ਦੀ ਝੋਟੀ ਦੇਣੀ ਹੈ 2.5 ਲੱਖ ਦੇ ਜੀ 2.5 ਲੱਖ ਕਿੰਨਾ ਹੁੰਦਾ 2.50 ਹਜ਼ਾਰ ਤੇ ਸਾਡੇ ਆਏ ਗਏ ਤਾਂ ਕੀ ਦੀਦ ਪਿਆਰ ਮੁਹੱਬਤ ਹੈ ਤੁਹਾਡੇ ਨਾਲ ਕੋ 5000 ਦਾ ਘੜਾ ਨਾ ਵਾਦਾ ਕਾਟਾ ਕਰ ਲੈਸਾ ਬਾਕੀ 2 ਲੱਖ ਤੇ 45000 ਲੈਣਾ ਹੈ ਹਾਂਜੀ ਹਾਂਜੀ ਅਗਰ ਆਪਣਾ ਕੋਈ ਵੀਰ ਸੱਜਣ 2 ਲੱਖ ਤੇ 45000 ਚ ਕੋਈ ਪਿਆਰ ਮੁਹੱਬਤ ਕਰਾਉਂਦਾ ਹੈ ਤੇ ਆਪਾਂ ਨੂੰ ਕਰਨਾ ਪੈਣਾ ਹੈ ਮੇਰਾ ਵੀਰ ਚਲੋ ਥੋੜਾ ਬਹੁਤਾ ਪਿਆਰ ਮੁਹੱਬਤ ਮਨ ਬੰਦਾ ਕਰ ਲੈਂਦਾ ਜੀ ਠੀਕ ਹੋ ਗਿਆ ਤੇ ਦਿਨ ਕਿੰਨੇ ਲੈਂਦੀ ਹੈ 4 3 4 ਦਿਨ ਜੀ 3 4 ਦਿਨ ਹਾਂਜੀ ਠੀਕ ਹੋ ਗਿਆ 2 ਲੱਖ ਤੇ 50000 ਰੁਪਇਆ ਮੁੱਲ ਕਰਦੇ ਜੇ 2.5 ਲੱਖ ਤੇ ਵਿੱਚ 5000 ਦਾ ਪਿਆਰ ਮੁਹਬਤ ਅਗਰ ਕੋਈ ਵੀਰ ਸੱਜਣ ਆਪਣੇ ਪਿੱਛੇ ਆਂਦਾ ਹੈ ਤੇ ਆਪਾਂ ਨੂੰ ਚਾਹ ਪਾਣੀ ਦੀਦ ਲਿਆ ਪਿਆਰ ਮੁਹਬਤ ਕਰਾਣਾ ਪੈਣਾ ਹੈ ਭਾਈ ਜੀ ਹਾਂਜੀ ਠੀਕ ਹੋ ਗਿਆ ਠੀਕ ਹੋ ਗਿਆ ਭਾਈ ਜੀ ਲੋ ਜੀ ਮਾਲਕ ਨੇ 2 ਲੱਖ ਤੇ 50000 ਰੁਪਇਆ ਡਿਮਾਂਡ ਕੀਤਾ ਹੈ ਬਾਕੀ ਜੋ ਹਿਸਾਬ ਕਿਤਾਬ ਹੈ ਉਹ ਮੇਰੇ ਕੈਮਰੇ ਦੀ ਨਜ਼ਰ ਹੈ जनाब ویڈیو ਅੱਜ ਵਾਲੀ ਉਮੀਦ ਕਰਾਂਗਾ ਕਿ ਮੇਰੀ ਪਸੰਦ ਬੇਹੱਦ ਆਏਗੀ ਅਗਰ ਪਸੰਦ ਆਵੇ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦੇ ਕਮੈਂਟਸ ਲਾਜ਼ਮੀ ਕਰਨੇ ਨੇ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਸ਼ੇਨ ਐਨੀਮਲ ਟੀਵੀ ਬਰਾਮਾ ਵਾਸਤੇ ਮਿਹਨਤਾਂ ਕਰਦਾ ਹੈ ਆਦੇ ਸਕ੍ਰਾਈਬਰਾਂ ਦੇ ਸ਼ੌਕ ਪੂਰੇ ਕਰਾਂਦਾ ਹੈ ਅੱਲਾ ਦੀ ਮਿਹਰਬਾਨੀ ਨਾਲ ਦੂਰ ਦੁਰਾਂ ਜਾ ਕੇ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਮੈਂ ਹਰ ਵੀਡੀਓ ਚਾਹੁੰਦਾ ਹਾਂ ਨਾ ਸੌਦਾ ਇੱਕ ਨਸੀਬਾਂ ਦੀ ਗੱਲ ਹੈ ਲੈਣੇ ਦੇਣੇ ਨਸੀਬ ਮਾਲਕ ਦਾ ਕਹਿਣਾ ਹੈ ਥਣ ਵਗਦੇ ਦੇਵਾਂ ਦਾ ਅੱਲਾ ਦੀ ਮਿਹਰਬਾਨੀ ਨਾਲ ਘਰ ਦੀ ਜੋਟੀ ਹੈ ਦੇ ਵਿੱਚ 245000 ਦੇ ਵਿੱਚ ਵੀ ਜਨਾਬ ਪਿਆਰ ਮੁਹੱਬਤ ਜ਼ਰੂਰ ਕਰਾਵਾਂਗਾ ਤੇ ਮਿਲਾਂਗਾ ਇੱਕ ਅਗਲੀ ਨਾਲ ਲਾਜਵਾਬ ਵੀਡੀਓ ਦੇ ਅੱਲਾ ਨਿਗਹਿबान ਪਾਕਿਸਤਾਨ ਜ਼ਿੰਦਾਬਾਦ پاک ਫੌਜ ਜ਼ਿੰਦਾਬਾਦ